ਅਸਲਾਮ ਅਲੈਕੁਮ ਰਹਿਮਤੁਲ੍ਲਾ ਬਿਸਮਿਲ੍ਲਾਹਿ ਰਹਿਮਾਨ ਰਹੀਮ। ਨਾਜ਼ੀਨ, ਇਸ ਵਕਤ ਅਸੀਂ ਮੌਜੂਦ ਹਾਂ ਮਰੀ ਮਾਲ ਰੋਡ 'ਤੇ। ਮਾਲ ਰੋਡ ਖਾਲੀ ਪਾਕਿਸਤਾਨ 'ਚ ਮਸ਼ਹੂਰ ਨਹੀਂ, ਪੂਰੀ ਦੁਨੀਆ ਦੇ ਉੱਤੇ ਮਸ਼ਹੂਰ ਹੈ। ਔਰ ਪਾਕਿਸਤਾਨ ਦਾ ਦਿਲ ਮਰੀ ਹੈ ਔਰ ਮਰੀ ਦਾ ਦਿਲ ਮਾਲ ਰੋਡ ਹੈ। ਜਿਹੜਾ ਵੀ ਬੰਦਾ ਮਰੀ ਆਉਂਦਾ ਉਹਨੇ ਮਾਲ ਰੋਡ ਨਹੀਂ ਵੇਖਿਆ ਅਤੇ ਸਮਝੋ ਉਹਨੇ ਕੁਛ ਵੀ ਨਹੀਂ ਵੇਖਿਆ। ਮਾਲ ਰੋਡ ਇੱਕ ਐਸੀ ਜਗ੍ਹਾ ਕਿ 24 ਘੰਟੇ ਇੱਥੇ ਰਸ਼ ਹੁੰਦਾ, 24 ਘੰਟੇ ਲੋਕ ਆਉਂਦੇ ਜਾਂਦੇ ਤੁਹਾਨੂੰ ਵੀ ਮਿਲਣਗੇ। ਅੱਜ ਦੀ ਵੀਡੀਓ ਦੇ ਵਿੱਚ ਅਸੀਂ 3 ਚੀਜ਼ਾਂ ਦੱਸਣੀਆਂ ਨੇ। ਇੱਕ ਮਾਲ ਰੋਡ ਦਾ ਰਸ਼ ਵਿਖਾਉਣਾ ਤੁਹਾਨੂੰ, ਦੂਸਰਾ ਮਾਲ ਰੋਡ ਦੀਆਂ ਦੁਕਾਨਾਂ ਵਿਖਾਉਣੀਆਂ ਨੇ, ਔਰ ਤੀਸਰਾ ਹੋਟਲ ਵਿਖਾਉਣੇ ਨੇ। ਔਰ ਨਾਲ ਤੁਹਾਨੂੰ ਇਹ ਵੀ ਦੱਸਣਾ ਕਿ ਕਿਹੜੀ ਜਗ੍ਹਾ ਦੇ ਹੋਟਲ ਸਸਤੇ ਮਿਲਣਗੇ ਔਰ ਕਿਹੜੀ ਜਗ੍ਹਾ ਦੇ ਉਸ ਤੋਂ ਮਹਿੰਗੇ ਮਿਲਣਗੇ ਔਰ ਸਭ ਤੋਂ ਮਹਿੰਗੇ ਕਿੱਥੇ ਮਿਲਣਗੇ, ਇਹ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ। ਅਤੇ ਨਾਲ ਦਿਨ ਅਸੀਂ ਗੱਲ ਕਰਨ ਲੱਗੇ ਹਾਂ ਜੀ ਮਾਲ ਰੋਡ ਦੇ ਰਸ਼ ਦੀ। ਤੁਸੀਂ ਵੇਖਦੇ ਪਿਓ ਸਕਰੀਨ ਦੇ ਉੱਤੇ ਮਾਲ ਰੋਡ ਦੇ ਉੱਤੇ ਕਿੰਨਾ ਰਸ਼ ਹੈ। ਇਸ ਵਕਤ ਟਾਈਮ ਹੋਇਆ ਜੀ 5:30 ਦਾ, 5:30 ਦਾ ਟਾਈਮ ਹੈ। ਤੁਸੀਂ ਮਾਲ ਰੋਡ 'ਤੇ ਰਸ਼ ਵੇਖਦੇ ਪਿਓ ਕਿੰਨਾ ਜ਼ਿਆਦਾ ਰਸ਼ ਹੈ। ਜਿਸ ਤਰ੍ਹਾਂ ਵਕਤ ਵੱਧਦਾ ਜਾਏਗਾ ਇਸੇ ਤਰ੍ਹਾਂ ਮਾਲ ਰੋਡ 'ਤੇ ਪਬਲਿਕ ਵੱਧਦੀ ਜਾਏਗੀ। 6 ਵਜੇ ਹੋਰ ਜ਼ਿਆਦਾ ਰਸ਼ ਹੋਏਗਾ, 7 ਵਜੇ ਇਸ ਤੋਂ ਜ਼ਿਆਦਾ ਰਸ਼ ਹੋਏਗਾ, 8 ਵਜੇ ਉਸ ਤੋਂ ਵੀ ਜ਼ਿਆਦਾ ਰਸ਼ ਹੋਏਗਾ। ਸਭ ਤੋਂ ਜ਼ਿਆਦਾ ਰਸ਼ ਕਿਸ ਟਾਈਮ ਹੁੰਦਾ ਜੀ ਮਾਲ ਰੋਡ 'ਤੇ? 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ। ਅਜੇ 4 ਘੰਟੇ ਹੁੰਦੇ ਨੇ, ਇਹ ਸਭ ਤੋਂ ਜ਼ਿਆਦਾ ਰਸ਼ ਮਾਲ ਰੋਡ 'ਤੇ ਮਿਲੇਗਾ ਤੁਹਾਨੂੰ। ਜਿਸ ਤਰ੍ਹਾਂ 1 ਦਾ ਟਾਈਮ ਹੋਏਗਾ ਥੋੜ੍ਹਾ ਜਿਹਾ ਘੱਟ ਰਸ਼ ਹੋਏਗਾ, 2 ਦਾ ਹੋਏਗਾ ਉਸ ਤੋਂ ਘੱਟ ਹੋਏਗਾ। ਸਭ ਤੋਂ ਘੱਟ ਰਸ਼ ਕਿਸ ਟਾਈਮ ਹੋਏਗਾ ਜੀ? ਰਾਤ ਦੇ 3 ਵਜੇ ਤੋਂ ਲੈ ਕੇ ਸੁਬਹਾ 3 ਵਜੇ ਤੱਕ ਰਸ਼ ਘੱਟ ਹੋਏਗਾ। ਲੇਕਿਨ ਇਹ ਨਹੀਂ ਹੋਏਗਾ ਕਿ ਤੁਹਾਨੂੰ ਰੋਡ ਬਿਲਕੁਲ ਖਾਲੀ ਮਿਲੇਗਾ, ਖਾਲੀ ਕਿਸੇ ਟਾਈਮ ਵੀ ਨਹੀਂ ਮਿਲੇਗਾ 24 ਘੰਟੇ ਦੇ ਵਿੱਚੋਂ। ਰਾਤ ਦੇ 3 ਵਜੇ ਤੋਂ ਲੈ ਕੇ ਸੁਬਹਾ 3 ਵਜੇ ਤੱਕ ਉਹ ਲੋਕ ਤੁਹਾਨੂੰ ਮਿਲਣਗੇ ਜਿਹੜੇ ਮਰੀ ਦੇ ਵਿੱਚੋਂ ਵਾਪਸ ਜਾ ਰਹੇ ਨੇ ਆਪਣੇ ਘਰਾਂ ਦੇ ਵਿੱਚ, ਅਤੇ ਜਿਹੜੇ ਬਾਹਰੋਂ ਲੋਕ ਵਾਪਸ ਆ ਰਹੇ ਨੇ ਮਰੀ ਦੇ ਵਿੱਚ, ਇਹ ਲੋਕ ਤੁਹਾਨੂੰ 3 ਵਜੇ ਤੋਂ ਲੈ ਕੇ ਸੁਬਹਾ 3 ਵਜੇ ਤੱਕ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਆਉਣ ਜਾਣ ਵਾਲੇ ਮਿਲਣਗੇ। ਜਿਹੜੇ ਮੌਜੂਦਾ ਲੋਕ ਹੁੰਦੇ ਨੇ ਯਾਨੀ ਕਿ ਸੈਰ ਕਰਨ ਵਾਸਤੇ ਇਹਨਾਂ ਨੇ 8 ਦਿਨ 10 ਦਿਨ 5 ਦਿਨ ਮਹੀਨਾ 2 ਮਹੀਨੇ ਦਾ ਸਟੇਅ ਕੀਤਾ, ਉਹ ਲੋਕ ਤੁਹਾਨੂੰ ਨਹੀਂ ਮਿਲਣਗੇ, ਉਹ ਲੋਕ ਸੁੱਤੇ ਹੋਣਗੇ ਇਸ ਟਾਈਮ। ਰਾਤ ਦੇ 3 ਵਜੇ ਤੋਂ ਲੈ ਕੇ ਸੁਬਹਾ 3 ਵਜੇ ਤੱਕ ਇਹ ਲੋਕ ਰੈਸਟ ਕਰਦੇ ਹੁੰਦੇ ਨੇ, ਸੁੱਤੇ ਹੁੰਦੇ ਨੇ। ਇਹਨਾਂ ਲੋਕਾਂ ਦਾ ਕੀ ਟਾਈਮ ਹੈ ਜੀ? ਇਹਨਾਂ ਦਾ ਜ਼ਿਆਦਾ ਸਟੇਅ ਇਹ ਹੁੰਦੇ ਨੇ ਜੀ 4 ਵਜੇ ਉੱਠਦੇ ਨੇ, 3 ਵਜੇ ਜਾਂ 4 ਵਜੇ ਸੁੱਤੇ। ਉਸ ਤੋਂ ਬਾਅਦ ਇਹਨਾਂ ਨੇ ਨਾਸ਼ਤਾ ਵਗੈਰਾ ਕਰਨਾ ਮਾਲ ਰੋਡ ਦੇ ਉੱਤੋਂ ਔਰ ਸ਼ਾਪਿੰਗ ਵਗੈਰਾ ਕਰਨੀ ਹੈ। ਇਹ ਰਾਤ ਦੇ 12, 1, 2 ਵਜੇ ਤੱਕ ਮਾਲ ਰੋਡ 'ਤੇ ਮੌਜੂਦ ਰਹਿੰਦੇ ਨੇ। ਉਸ ਤੋਂ ਬਾਅਦ ਜੋ 1 ਦਾ ਟਾਈਮ ਹੁੰਦਾ ਜਾਂ 2 ਦਾ ਟਾਈਮ ਹੁੰਦਾ ਫਿਰ ਆਪਣੇ ਕਮਰਿਆਂ 'ਚ ਜਾ ਕੇ ਰੈਸਟ ਕਰਦੇ ਨੇ, ਸੌਂ ਜਾਂਦੇ ਨੇ। ਇਹ ਟਾਈਮ ਇਹਨਾਂ ਦਾ ਜੀ। ਇਸ ਤੋਂ ਇਲਾਵਾ ਮਾਲ ਰੋਡ ਦੇ ਉੱਤੇ 24 ਘੰਟੇ ਦੇ ਵਿੱਚ ਕੋਈ ਵੀ ਐਸਾ ਟਾਈਮ ਨਹੀਂ ਹੁੰਦਾ ਕਿ ਬਿਲਕੁਲ ਖਾਲੀ ਹੋਏ, ਇਹ ਕਦੀ ਵੀ ਐਸਾ ਨਹੀਂ ਹੋਏਗਾ। ਇਹ ਆ ਮੌਸਮ ਹੈ, ਇਹ ਸੀਜ਼ਨ ਔੜ ਦਾ ਮੌਸਮ ਹੈ ਯਾਨੀ ਕਿ ਸਰਦੀ ਸ਼ੁਰੂ ਹੋ ਗਈ ਹੈ, ਲੇਕਿਨ ਫਿਰ ਵੀ ਮਾਲ ਰੋਡ ਦੇ ਉੱਤੇ ਰਸ਼ ਘੱਟ ਨਹੀਂ ਹੈਗਾ। ਤੁਸੀਂ ਵੇਖਦੇ ਹੋ ਕਿ ਸਕਰੀਨ 'ਤੇ ਰਸ਼ ਬਹੁਤ ਹੀ ਜ਼ਿਆਦਾ। ਟਾਈਮ ਹੋ ਗਿਆ ਜੀ 7:30 ਦਾ, 7:30 ਵਜੇ ਜਿਸ ਸਮੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਸ ਤਰ੍ਹਾਂ ਵਕਤ ਜ਼ਿਆਦਾ ਹੁੰਦਾ ਜਾਏਗਾ ਪਬਲਿਕ ਜ਼ਿਆਦਾ ਹੁੰਦੀ ਜਾਏਗੀ। ਟਾਈਮ ਜ਼ਿਆਦਾ ਹੋਇਆ ਅਤੇ ਪਬਲਿਕ ਵੀ ਜ਼ਿਆਦਾ ਹੋ ਗਈ ਹੈ। ਅਤੇ ਖਾਲੀ ਮਾਲ ਰੋਡ 'ਤੇ ਜਿਹੜੇ ਲੋਕ ਤੁਸੀਂ ਵੇਖਦੇ ਹੋ ਕਿ ਫਿਰਦੇ ਤੁਰਦੇ, ਪਾਕਿਸਤਾਨ ਦੇ ਨਹੀਂ ਹੈਗੇ,
ਕੁਛ ਲੋਕ ਬਾਹਰ ਦੇ ਮੁਲਕਾਂ ਦੇ ਵੀ ਇਹਦੇ ਵਿੱਚ ਮੌਜੂਦ ਨੇ। ਮੈਂ ਕੈਮਰਾ ਉਹਨਾਂ ਦੀ ਤਰਫ ਨਹੀਂ ਮਾਰਦਾ ਪਿਆ, ਪਰ ਮੈਂ ਬਾਹਰ ਦੇ ਮੁਲਕਾਂ ਦੇ ਲੋਕ ਲੱਭ ਲੱਭ ਕੇ ਕੈਮਰਾ ਮਾਰਾਂ ਤਾਂ ਬਹੁਤ ਹੀ ਜ਼ਿਆਦਾ ਉਹਨਾਂ ਦੀ ਤਾਦਾਦ ਹੋਈਏਗੀ, ਲੇਕਿਨ ਮੈਂ ਉਹਨਾਂ ਦੇ ਕੈਮਰਾ ਨਹੀਂ ਮਾਰਦਾ ਪਿਆ। ਮੈਂ ਆਮ ਰੂਟੀਨ ਦੇ ਨਾਲ ਚੱਲਣਾ ਪਿਆ। ਰਸ਼ ਦੇਖੋ ਜੀ, ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਜ਼ਿਆਦਾ ਹੋ ਰਿਹਾ, ਰਸ਼ ਵੀ ਉਸ ਤਰ੍ਹਾਂ ਜ਼ਿਆਦਾ ਹੋ ਰਿਹਾ। ਹੁਣ ਟਾਈਮ ਹੋ ਗਿਆ ਜੀ ਰਾਤ ਦੇ 8:30 ਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਜ਼ਿਆਦਾ ਹੋਏਗਾ ਪਬਲਿਕ ਰੋਡ 'ਤੇ ਜ਼ਿਆਦਾ ਆਏਗੀ। ਤਾਂ ਹੁਣ ਉਹ ਲੋਕ ਵੀ ਉੱਠ ਕੇ ਆ ਗਏ ਨੇ ਜਿਨ੍ਹਾਂ ਨੇ ਇੱਥੇ ਸਟੇਅ ਕੀਤਾ 8 ਦਿਨ ਦਾ, 3 ਦਿਨ ਦਾ, 10 ਦਿਨ ਦਾ, ਮਹੀਨੇ ਦਾ। ਹੁਣ ਉਹ ਲੋਕ ਵੀ ਉੱਠ ਕੇ ਮਾਰਕੀਟ 'ਚ ਆ ਗਏ ਨੇ, ਸ਼ਾਪਿੰਗ ਕਰਨਗੇ, ਫਿਰਨ ਫਿਰਨਗੇ, ਸੈਰੋ ਤਫਰੀ ਕਰਨਗੇ, ਫਿਰ ਰਾਤ 12:30 ਰੈਸਟ ਕਰਨਗੇ। ਖੂਬ ਇੰਜੋਏ ਲੋਕ ਕਰ ਰਹੇ ਨੇ, ਲੁਤਫ ਅੰਦੋਜ਼ ਹੋ ਰਹੇ ਨੇ, ਖੂਬ ਮਜ਼ਾ ਲੈ ਰਹੇ ਨੇ। ਇਹ ਜੇ ਮਾਲ ਰੋਡ ਦੀ ਰੌਣਕ ਨਾਜ਼ਰੀਨ, ਤੁਸੀਂ ਮਾਲ ਰੋਡ ਦੀ ਰੌਣਕ ਵੇਖੀ, ਮਾਲ ਰੋਡ ਦਾ ਰਸ਼ ਵੇਖਿਆ, ਹੁਣ ਵੇਖਦੇ ਹਾਂ ਮਾਲ ਰੋਡ ਦੀਆਂ ਦੁਕਾਨਾਂ। ਦੁਕਾਨਾਂ ਲੋਕਾਂ ਨੇ ਕਿਸ ਤਰ੍ਹਾਂ ਦੁਕਾਨਾਂ ਸਜਾਈਆਂ ਨੇ, ਉਹ ਲੋਕ ਸ਼ਾਪਿੰਗ ਕਰਦੇ ਆ ਤੁਹਾਨੂੰ ਵਿਖਾਉਂਦੇ ਹਾਂ। ਮਾਲ ਰੋਡ ਦੇ ਦੁਕਾਨਾਂ ਦੀ ਬੜੀ ਡੈਕੋਰੇਸ਼ਨ ਹੈ, ਔਰ ਬੜਾ ਰਸ਼ ਹੁੰਦਾ ਦੁਕਾਨਾਂ ਦੇ ਵਿੱਚ, ਲੋਕ ਬੜੀ ਖਰੀਦੋ ਫਰੋਖਤ ਕਰਦੇ ਨੇ ਸ਼ੌਕ ਦੇ ਨਾਲ, ਅਤੇ ਜਾ ਕੇ ਦੱਸਦੇ ਵੀ ਨੇ ਘਰਾਂ ਦੇ ਵਿੱਚ ਵਾਪਸ, ਅਸੀਂ ਮਾਲ ਰੋਡ ਮੜੀ ਦੇ ਉੱਤੋਂ ਫਲਾਣੀ ਚੀਜ਼ ਖਰੀਦ ਕੇ ਆਉਂਦੀ, ਫਲਾਣੀ ਚੀਜ਼ ਖਰੀਦ ਕੇ ਆਉਂਦੀ। ਜਿਹਨੇ ਕਿ ਫਖਰ ਮਹਿਸੂਸ ਕਰਦੇ ਨੇ ਮਰੀ ਮਾਲ ਰੋਡ ਤੋਂ ਸ਼ਾਪਿੰਗ ਕਰਕੇ ਆਪਣੇ ਘਰਾਂ 'ਚ ਲੈ ਕੇ ਜਾਣ ਦੀ।
ਅਤੇ ਨਾਜ਼ਰੀਨ ਤੁਹਾਨੂੰ ਮਾਲ ਰੋਡ ਦਾ ਰਸ਼ ਵਿਖਾਇਆ, ਮਾਲ ਰੋਡ ਦੀਆਂ ਦੁਕਾਨਾਂ ਵਿਖਾਈਆਂ। ਹੁਣ ਚੱਲਦੇ ਹਾਂ ਜੀ ਕਮਰਿਆਂ ਦੀ ਤਰਫ, ਹੋਟਲਾਂ ਦੀ ਤਰਫ। ਇਹ ਜੀ ਲਾੜੀ ਅੱਡਾ, ਸਭ ਤੋਂ ਸਸਤੇ ਹੋਟਲ ਜਾਂ ਸਭ ਤੋਂ ਸਸਤਾ ਤੁਹਾਨੂੰ ਕਮਰਾ ਚਾਹੀਦਾ, ਤੁਸੀਂ ਅੱਡੇ ਦੇ ਕੋਲ ਕੋਲ ਲੈਣਾ। ਇਹ ਜੀ ਲਾੜੀ ਅੱਡਾ ਮਰੀ ਦਾ, ਇਹਦੇ ਕੋਲ ਸਭ ਤੋਂ ਸਸਤਾ ਹੋਟਲ, ਸਭ ਤੋਂ ਸਸਤਾ ਕਮਰੇ ਤੁਹਾਨੂੰ ਮਿਲਣਗੇ। ਅਗਰ ਇਸ ਤੋਂ ਹੀ ਤੁਹਾਨੂੰ ਸਸਤੇ ਚਾਹੀਦੇ ਹੋਣਗੇ ਤਾਂ ਸਨੀ ਬੈਂਕ, ਇਸ ਤੋਂ ਪਹਿਲਾਂ ਜਿਹੜਾ ਚੌਂਕ ਆਉਂਦਾ ਸਨੀ ਬੈਂਕ, ਤੁਹਾਨੂੰ ਉੱਥੇ ਇਸ ਤੋਂ ਵੀ ਸਸਤੇ ਮਿਲ ਜਾਣਗੇ। ਯਾਨੀ ਕਿ ਮੈਂ ਤੁਹਾਨੂੰ ਦੱਸਦਾ ਕਿ ਆਮ ਰੂਟੀਨ ਦਾ 1000 ਰੁਪਏ ਦਾ ਕਮਰਾ ਵੀ ਇੱਥੇ ਮਿਲ ਸਕਦਾ ਤੁਹਾਨੂੰ। ਅਗਰ ਸਨੀ ਬੈਂਕ ਕੋਲ ਤੁਸੀਂ ਆਉਂਦੇ ਹੋ, ਉੱਥੇ 1000 ਤੋਂ ਥੱਲੇ ਵੀ 800-700 ਦਾ ਵੀ ਕਮਰਾ ਤੁਹਾਨੂੰ ਮਿਲ ਸਕਦਾ। ਲੇਕਿਨ ਇਹ ਆ, ਤੁਸੀਂ ਵੱਡੀ ਗੱਡੀ 'ਤੇ ਬਹਿ ਕੇ ਜਾਓਗੇ, ਲੋਕਲ ਜਾਓਗੇ, ਲਾੜੀ ਅੱਡੇ 'ਚ ਉਤਰੋਗੇ, ਇਹ ਲਾੜੀ ਅੱਡਾ। ਇੱਥੇ ਤੁਹਾਨੂੰ ਇਹ ਚਾਰੋਂ ਤਰਫ ਮੈਂ ਤੁਹਾਨੂੰ ਦਿਖਾ ਰਿਹਾ, ਚਾਰੋਂ ਤਰਫ ਹੋਟਲ ਨੇ। ਇੱਥੇ ਤੁਹਾਨੂੰ 1000 ਰੁਪਏ ਦਾ ਕਮਰਾ ਮਿਲ ਸਕਦਾ। ਅਗਰ ਲੋਕੇਸ਼ਨ ਥੋੜ੍ਹੀ ਜਿਹੀ ਅੱਛੀ ਤੁਸੀਂ ਲੈਣੀ ਹੈ ਤਾਂ ਫਿਰ ਤੁਹਾਨੂੰ 1500 ਦਾ ਵੀ ਮਿਲ ਜਾਏਗਾ। ਅਗਰ ਉਸ ਤੋਂ ਅੱਛੀ ਲੈਣੀ ਹੈ ਤਾਂ ਫਿਰ ਤੁਹਾਨੂੰ 2000 ਦਾ ਵੀ ਮਿਲ ਜਾਏਗਾ। ਜਿਹੜੇ ਕਿ ਸਭ ਤੋਂ ਬਿਹਤਰੀਨ ਤੁਹਾਨੂੰ ਕਮਰਾ ਉਹ ਇੱਥੇ ਤੁਹਾਨੂੰ 3000 ਦਾ, 4000 ਦਾ, 3500 ਦਾ, 4500 ਦਾ, 5000 ਤੀਕਰ ਬਹੁਤ ਹੀ ਅੱਛਾ ਮਿਲ ਜਾਏਗਾ। ਚੱਲਦੇ ਹਾਂ ਜੀ ਅੱਗੇ, ਇਹ ਮਾਲ ਰੋਡ ਆ ਗਿਆ ਜੀ। ਅਗਰ ਇੱਥੇ ਤੁਸੀਂ ਕਮਰਾ ਲੈਂਦੇ ਹੋ, ਇੱਥੇ ਵੀ ਤੁਹਾਨੂੰ 3500 ਦਾ, 4000 ਦਾ ਅੱਛਾ ਕਮਰਾ ਮਿਲ ਜਾਏਗਾ। ਅਗਰ ਤੁਸੀਂ ਆ ਜਾਂ ਸਾਹਮਣੇ ਹੋਟਲ ਵੇਖਦੇ ਪਏ ਹੋ, ਇੱਥੇ ਤੁਹਾਨੂੰ ਕਮਰਾ 7000 ਦਾ, 8000 ਦਾ, 6000 ਦਾ, ਨਾਲ ਦਾ ਤੁਸੀਂ ਹੋਟਲ ਵੇਖਦੇ ਹੋ ਪਏ, ਇੱਥੇ ਤੁਹਾਨੂੰ 10000 ਦਾ ਕਮਰਾ ਮਿਲੇਗਾ, 9000 ਦਾ, 10000 ਦਾ। ਉਸ ਤੋਂ ਅਗਲਾ ਹੋਟਲ ਤੁਸੀਂ ਵੇਖਦੇ ਹੋ ਪਏ, ਇੱਥੇ ਵੀ ਤੁਹਾਨੂੰ 10000 ਦਾ ਕਮਰਾ ਮਿਲੇਗਾ। ਉਸ ਤੋਂ ਅੱਗੇ ਅਸੀਂ ਮਾਲ ਰੋਡ ਦੇ ਉੱਤੇ ਚਲੇ ਗਏ ਹਾਂ ਜੀ। ਇਹ ਤੁਸੀਂ ਹੋਟਲ ਵੇਖਦੇ ਹੋ ਪਏ, ਇੱਥੇ ਤੁਹਾਨੂੰ ਮਿਲੇਗਾ ਜੀ 9000 ਦਾ, 8000 ਦਾ, 10000 ਦਾ। ਇਹ ਤੁਸੀਂ ਮਾਲ ਰੋਡ ਦਾ ਮੇਨ ਚੌਂਕ ਹੈ ਜੀ, ਇਹ ਉੱਤੇ ਤੁਸੀਂ ਹੋਟਲ ਵੇਖਦੇ ਹੋ ਪਏ, ਇੱਥੇ ਵੀ ਤੁਹਾਨੂੰ ਯਾਨੀ ਕਿ 8-9-10000 ਦਾ ਕਮਰਾ ਮਿਲ ਜਾਏਗਾ। ਅਤੇ ਨਾਲ ਦੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਪਸੰਦ ਆਈ ਹੋਏਗੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਔਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਿਓ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਅਗਲੀ ਵੀਡੀਓ ਤੱਕ ਇਜਾਜ਼ਤ ਚਾਹੁੰਦੇ ਹਾਂ ਜੀ। ਅੱਲਾ ਹਾਫਿਜ਼।